ਮੈਂ ਲੇਕਿਨ ਇਹ ਮਰਚ ਇਤਨੀ ਬੜੀ ਕੀ ਹੈ, ਇਹ ਸਰਦੀ ਹੈ ਮੌਸਮ ਉਹ ਹੈ ਤਕੜੇ ਹੋ ਸੋ ਨਸੀਮ ਸਾਹਿਬ ਜਿਹੜੇ ਕਿ ਸ਼ੈਫ ਹਨ ਸਾਰਾ ਕੁਝ ਜਿਹਾ ਤਿਆਰ ਕਰਨ ਕੇ ਆਲੇ ਤਕੜੇ ਹੋ ਸੋ ਸ਼ੈਫ ਸਾਹਿਬ ਲੱਗੇ ਨੇ ਅੰਦਰ ਓਏ ਹੋਏ 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 ਸੁਧਨ ਗਲੀ ਆਇਆ ਵਾ। ਅੱਜ ਮੈਂ ਸੋਚਿਆ ਕਿ ਸਪੈਸ਼ਲੀ ਨਾ ਜਿਸ ਰੈਸਟੋਰੈਂਟ ਪਰ ਮੈਂ ਸ਼ਾਹ ਰੁਕਣਾ ਵਾ ਕਸ਼ਮੀਰ ਵਿਊ ਐਂਡ ਲਾਜਿਸ ਐਂਡ ਗੁਜਰਾਂਵਾਲਾ ਫੂਡਸ, ਅੱਜ ਬ੍ਰੇਕਫਾਸਟ ਹੋਈ ਨੀ ਕਹਿਣਾ ਡਿਨਰ ਤੱਕ ਜਸਟ ਫੂਡ ਦੇ ਹਵਾਲੇ ਨਾਲ ਨਾ ਇਸ ਵਲੌਗ ਕੀ ਬਣਾਇਆ ਜਾਏ ਤਾਂ ਕਿ ਇੱਥੇ ਨਾ ਸਭ ਫੂਡ ਵੀ ਤੱਕ ਸਕੋ ਕਿ ਕੀ ਹੈ ਜਿਹਾ ਵੈ ਔਰ ਕਦੇ ਅੱਛੋ ਤਾਂ ਟੇਸਟ ਵੀ ਕਰੋ। ਓਵਰਆਲ ਵਿਊ ਮੋਰਨਿੰਗ ਨਾ ਤੱਕਣ ਲੱਗੇ ਉਸ ਬਹੁਤ ਹੀ ਸੋਹਣਾ ਔਰ ਖੂਬਸੂਰਤ ਇਸ ਲਈ ਨਾ ਵਿਊ ਹੈ ਤਾਂ ਆਈ ਜੋ ਤਾਂ ਅਸਾਂ ਬ੍ਰੇਕਫਾਸਟ ਕਰਨ ਲਏ ਹਾਂ ਤਾਂ ਦੱਸਿਆ ਤੁਸਾਂ ਕੀ ਕਿ ਬ੍ਰੇਕਫਾਸਟ ਕਿਸ ਤਰ੍ਹਾਂ ਤਿਆਰ ਕਰ ਸਾਂ। ਇਹ ਤੱਕਣੇ ਉਸ ਛੋਟਾ ਜਿਹਾ ਕਿਚਨ ਬ੍ਰੇਕਫਾਸਟ ਵਾਸਤੇ ਨਾ ਇਹਨਾਂ ਇਹ ਕਿਚਨ ਰੱਖੇ ਆ ਵੈ ਜਿਸ ਨਾਲ ਮੈਂ ਕਿ ਵਿਊ ਕਰਵਾਉਣਾ ਇਸ ਲਈ ਬ੍ਰੇਕਫਾਸਟ ਜਾਰੀ ਅੰਦਰ ਬਣਾਉਣ ਲੱਗੇ। ਐ ਤੱਕਣੇ ਉਸ ਪਰਾਂਠੇ ਪੇ ਬਣਨ ਲੱਗੇ ਵੇ ਓਏ ਹੋਏ 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 ਇਹ ਮੌਸਮ ਤੇ ਸੋਹਣੇ ਸੋਹਣੇ ਪਰਾਂਠੇ ਇੱਥੇ ਪਰਾਂਠੇ ਤੋਰ ਕੇ ਆ ਗਿਆ ਬਣਾਸੋ ਇਹ ਪਰਾਂਠਾ ਪਕਸੀ ਸਾਹਮਣੇ ਚੰਨਾ ਲੋਰੀ ਚੰਨੇ ਅੰਡਾ ਅੱਛਾ ਅੰਡੇ ਉੱਧਰ ਪਕਸਣ ਇਹ ਸਪੈਸ਼ਲ ਕਿਚਨ ਸਿਰ ਪਰਾਂਠਿਆਂ ਵਾਸਤੇ ਪਰਾਂਠਾ ਰੋਟੀਆਂ ਦਾ ਓਏ ਹੋਏ ਹੋਏ ਕਿਆ ਹੀ ਬਾਤ ਹੈ ਜਨਾਬ ਇਸ ਕਿਚਨ ਨੀ ਤੁਸਾਂ ਵਿਊ ਕਰੋ ਐਸੇ ਇੰਟਰੈਂਸ ਹੈ ਸ਼ਟਰ ਲਾਈ ਕਹਿ ਦੇ ਕਿਚਨ ਬਣਾਇਆ ਨੇ ਮੈਂ ਨਾ ਇੱਕ ਵਾਰ ਤੱਕੀ ਕਹਿ ਤਾਂ ਦਿਲ ਖੁਸ਼ ਹੋ ਜਾਣਾ ਬਾਕੀ ਇਸ ਸਾਈਡ ਨੇ ਉੱਪਰ ਜਿਹੜਾ ਕਿਚਨ ਹੈ ਨਾ ਬਾਕੀ ਆਈਟਮ ਉੱਥੇ ਅੰਦਰ ਪੱਕਣੇ ਨੇ ਲੇਕਿਨ ਸਭ ਤੋਂ ਖੂਬਸੂਰਤ ਚੀਜ਼ ਕਿ ਇਸ ਲਈ ਮੋਰਨਿੰਗ ਟਾਈਮ ਜਿਹੜਾ ਚਾਰ ਢੱਠੇ ਵੇ ਹੋਣੇ ਨਾ ਉਲੈ ਇਸ ਨੇ ਕਿਆ ਹੀ ਵਿਊ ਹੋਣਾ ਔਰ ਉਸ ਤੋਂ ਬਾਅਦ ਜਿਲ੍ਹਾ ਬ੍ਰੇਕਫਾਸਟ ਕਰ ਸਾਂ ਨਾ ਅਸਾਂ ਹੁਣ ਤਾਂ ਉਸ ਤੱਕੀ ਕਿ ਹੋਰ ਖੁਸ਼ ਹੋ ਸੋ ਅਸਾਂ ਹੁਣ ਬਹਿ ਗਏ ਹਾਂ ਬਾਹਰ ਨਾਸ਼ਤਾ ਕਰਨ ਵਾਸਤੇ ਪਰਾਂਠੇ ਤਾਂ ਚੰਨੇ ਦੱਸੇ ਨੇ ਵੈਸੇ ਬਾਹਰ ਕਾਫੀ ਜ਼ਿਆਦਾ ਠੰਡਕ ਹੈ ਮੈਂ ਤਾਂ ਮਾੜਾ ਦੋਸਤ ਜਨਾਬ ਅਕੀਲ ਸਾਹਿਬ ਦੋਏ ਅੱਜ ਨਾ ਫੋਗ ਇਚ ਨਾ ਇੱਥੇ ਇੰਜੋਏ ਕਰ ਸਾਂ ਕਿਆ ਬਣੇ ਅਕੀਲ ਸਾਹਿਬ ਸਰਦੀ ਸਰਦੀ ਤੋਂ ਬਾਅਦ ਗਰਮੀ ਵੀ ਲਗਾਉਣੀ ਹੈ ਹਾਂ ਇਹ ਵੀ ਗੱਲ ਹੈ ਨਹੀਂ ਅੱਜ ਅਸਾਂ ਸ਼ਾਮ ਤੱਕ ਬਣਾਉਣਾ ਨਾ ਵਲੌਗ ਅਸਾਂ ਇਹਨਾਂ ਨੇ ਖਾਣੇ ਨੇ ਉੱਪਰ ਨਾ ਬੜੇ ਸੋਹਣੇ ਪੇ ਕਾਂ ਬੋਲਣ ਲੱਗੇ ਹੋਏ ਚਿੜੀਆਂ ਚਿੜ 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 ਕਰਨ ਲੱਗੀਆਂ ਕਾਂ 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 ਕਰਨੇ ਨੇ ਪੇ ਤਾਂ ਹੁਣ ਨਾਸ਼ਤੇ ਨੇ ਇੰਤਜ਼ਾਰ ਕਰਨੇ ਆ ਪੇ ਵਾਹ ਤੱਕਣੇ ਉਸ ਫੋਗ ਵਿਊ ਲਓ ਜੀ ਜਨਾਬ ਫਰੈਸ਼ ਨਾਸ਼ਤਾ ਸਾਡਾ ਆ ਹੀ ਗਿਆ ਵੈ ਔਰੰਗਜ਼ੇਬ ਸਾਹਿਬ ਜਨਾਬ ਬਹੁਤ ਹੀ ਜ਼ਿਆਦਾ ਸਾਡੀ ਖਿਦਮਤ ਕੀਤੀ ਹੈ ਜਨਾਬ ਠੀਕ ਹੋ ਨਾ ਜੀ ਸਭ ਠੀਕ ਤਾਂ ਇਹ ਦੱਸੋ ਬਈ ਹੋਰ ਵੀ ਕੋਈ ਆਇਆ ਨਾ ਮਾੜਾ ਵਿਊਵਰ ਤਾਂ ਉਸਨੇ ਖਿਦਮਤ ਤੁਸਾਂ ਕਰਨੀ ਹੈ ਇਨਸ਼ਾਅੱਲਾ ਪੂਰੀ ਖਿਦਮਤ ਹੋ ਸੀ ਇਨਸ਼ਾਅੱਲਾ ਜਦੋਂ ਵੀ ਤੁਸਾਂ 'ਚ ਕੋਈ ਬੰਦਾ ਇਸ ਰੈਸਟੋਰੈਂਟ ਪਰ ਅੱਛਾ ਔਰੰਗਜ਼ੇਬ ਸਾਹਿਬ ਨਾਲ ਜ਼ਰੂਰ ਜਨਾਬ ਤੁਸਾਂ ਮੁਲਾਕਾਤ ਕਰਨੀ ਹੈ ਬਹੁਤ ਹੀ ਗ੍ਰੇਟ ਬੰਦੇ ਸਾਰਾ ਅਮਲਾ ਗ੍ਰੇਟ ਹੈ ਲੇਕਿਨ ਸਪੈਸ਼ਲੀ ਇਹ ਬਹੁਤ ਹੀ ਅੱਛੇ ਇਨਸਾਨ ਹੈ ਤਾਂ ਆਈ ਜੋ ਤਾਂ ਹੁਣ ਨਾਸ਼ਤੇ ਟੇਸਟ ਕਰਨੇ ਬਸ ਮੈਂ ਤਾਂ ਹੁਣ ਅਕੀਲ ਸਾਹਿਬ ਜਨਾਬ ਨਾਸ਼ਤਾ ਕਰਨ ਲਿਆ ਤਾਂ ਹੁਣ ਤੱਕਣਿਆ ਕਿ ਕਿਆ ਮਾਹੌਲ ਹੈ ਅਕੀਲ ਸਾਹਿਬ ਪਰਾਂਠਾ ਚੈੱਕ ਕਰੋ ਹਾਂ ਕਰਾਰਾ ਕਰਾਰਾ ਪਰਾਂਠਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਓਏ ਹੋਏ 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 ਯਾਰੇ ਕਿ ਓਏ ਹੋਏ ਹੋਏ ਫੇਵਰਟ ਹੋਟਲ ਹੈ ਤੇ ਖਾਣਾ ਦਾ ਅੱਛਾ ਸੀ ਫੇਵਰਟ ਹੋਟਲ ਫੇਵਰਟ ਖਾਣਾ ਬਿਹਤਰੀਨ ਅਕੀਲ ਸਾਹਿਬ ਸੱਚੀ ਗੱਲ ਕਰੇ ਝੂਠ ਤਾਂ ਉਸ ਜ਼ਿੰਦਗੀ ਮਾਰਿਆ ਨਹੀਂ ਕਿ ਟੇਸਟ ਕੀਆ ਜਾਵੇ ਬਿਹਤਰੀਨ ਸਰ ਕਿਉਂਕਿ ਮੈਂ ਭਾਵੇਂ ਓਏ ਹੋਏ ਹੋਏ ਕਰਾਂ ਲੇਕਿਨ ਤੂੰ ਬਿਹਤਰੀਨ ਜਿਹੜਾ ਸੀ ਉਹ ਹੀ ਹੈ ਗੱਲ ਕਰ ਸੀ ਮੈਂ ਨਾ ਪਰਾਂਠਿਆਂ ਦਾ ਟੇਸਟ ਤਾਂ ਇੱਕ ਅਲੱਗ ਹੀ ਹੈ ਨਾ
ਲੇਕਿਨ ਛੋਲਿਆਂ ਦਾ ਟੇਸਟ ਵੀ ਰੰਗ ਬੰਨੀ ਗਿਆ ਵੈ ਸਾਡੇ ਅੱਜ ਨਾਸ਼ਤੇ ਨੇ ਫਰੈਸ਼ ਬਣਾਉਣੇ ਡੇਲੀ ਫਰੈਸ਼ ਜ਼ਹਿਰੀ ਗੱਲ ਹੈ ਨਾਸ਼ਤਾ ਫਰੈਸ਼ ਹੀ ਹੋਣਾ ਤਾਂ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਜਨਾਬ ਹਾਲੇ ਇੱਕ ਗ੍ਰਾਹ ਬਣਿਆ ਬਾਕੀ ਅਸੀਂ ਨਾਸ਼ਤਾ ਕਰਨੇ ਆ ਤਾਂ ਇਸ ਤੋਂ ਬਾਅਦ ਇਨਸ਼ਾਲਾ ਤੁਸਾਂ ਕੀ ਸ਼ਾਮ ਨਾਲ ਵਿਊ ਕਰਵਾਸਾਂ ਔਰ ਨਾਈਟ ਕੀ ਜੋ ਕਿ ਜਿੱਥੇ ਤਿਆਰ ਹੋ ਸੀ ਨਾ ਉਹ ਵੀ ਤੁਸਾਂ ਕਿ ਨਾਲ ਸਾਰਾ ਖਾਣੇ ਨਾਲ ਵਿਊ ਕਰਵਾਸਾਂ ਆਈ ਜੋ ਕਿ ਇਹ ਤਾਂ ਜਿਸ ਤਰ੍ਹਾਂ ਮੈਂ ਤੁਸਾਂ ਕਿ ਦੱਸਿਆ ਸੀ ਇਸ ਵੇਲੇ ਨਾ ਮੰਜ਼ਰ ਬ੍ਰੇਕਫਾਸਟ ਨਾ ਉਹ ਲੈ ਕੇ ਮੰਜ਼ਰ ਹੋਣਾ ਵੈ ਇਸ ਰੈਸਟੋਰੈਂਟ ਨੇ ਪਰ ਜਿੱਥੇ ਅਸਾਂ ਹਮੇਸ਼ਾ ਤੋਂ ਸਟੇਅ ਕਰਨੇ ਆ ਫੇਵਰੇਟ ਰੈਸਟੋਰੈਂਟ ਤਾਂ ਬ੍ਰੇਕਫਾਸਟ ਤੁਸਾਂ ਤੱਕਿਆ ਹੋ ਸੀ ਸਵੇਲੇ ਨਾ ਮੰਜ਼ਰ ਤੱਕਿਆ ਵੇ ਮੈਂ ਕਿਹਾ ਨਾਲ ਤੁਸਾਂ ਕਿ ਸ਼ਾਮ ਤੱਕ ਨਾ ਐਂਡ ਤੱਕ ਦੱਸਾਂ ਹੁਣ ਰਾਤ ਨਾ ਮੰਜ਼ਰ ਹੈ ਇੱਥੇ ਸ਼ਾਮ ਓਵਰਆਲ ਸ਼ਾਮ ਪਈ ਗਈ ਹੈ ਤਾਂ ਬੜੀ ਸੋਹਣੀ ਫੋਗ ਜੀ ਜਿਹੜੀ ਹੈ ਨਾ ਹਰ ਸਾਈਡ ਉੱਪਰ ਇਸਲਾ ਫੋਗ ਟਹਿਣ ਲੱਗੀ ਹੈ ਤਾਂ ਖਾਣੇ ਕੀ ਪ੍ਰੀਪੇਅਰ ਕਰ ਸਨ ਰਾਤ ਨਾਲ ਤੁਸੀਂ ਅੱਜ ਦੱਸ ਰਿਹਾ ਕਿ ਡਿਨਰ ਕਿਸ ਤਰ੍ਹਾਂ ਪ੍ਰੀਪੇਅਰ ਕਰਨੇ ਕਿਹੜੀ ਕਿਹੜੀ ਡਿਸ਼ ਬਣਾਉਣੇ ਕਿ ਅੱਗੇ ਸਪੈਸ਼ਲ ਜਿਹੜਾ ਵਲੌਗ ਹੈ ਨਾ ਇਹ ਖਾਣੇ ਨੇ ਬਾਰੇ 'ਚ ਹੈ ਜਿੱਧਰ ਪਿਆ ਮੈਂ ਫਿਰਨ ਲੱਗਿਆ ਤੱਕੋ ਕਿ ਇੱਥੇ ਬਹੁਤ ਬੜਾ ਅੱਗੇ ਨਜ਼ਾਰਾ ਲੇਕਿਨ ਇਸਲਾ ਕੋਈ ਚੀਜ਼ ਨਹੀਂ ਵੀ ਦਿਸਣ ਲੱਗੀ ਵੀ ਬਿਲਕੁਲ ਟੋਟਲੀ ਫੋਗ ਹੈ ਜਿੱਧਰ ਵੀ ਨਜ਼ਰ ਮਾਰਸੋ ਤੁਸੀਂ ਇਸਲਾ ਬਹੁਤ ਹੀ ਖੂਬਸੂਰਤ ਸ਼ਾਮ ਹੈ ਪਰਿੰਦਿਆਂ ਦੀ ਆਵਾਜ਼ ਹੈ ਯਕੀਨ ਕਰੋ ਕਿ ਦਿਲ ਕੀ ਇੱਕ ਨਾ ਨੈਕਸਟ ਲੈਵਲ ਨਾ ਸਕੂਨ ਹੈ ਇੱਥੇ ਲਓ ਜੀ ਜਨਾਬ ਨਾਈਟ ਵਲੌਗ ਨਾ ਟਾਈਮ ਆਈ ਗਿਆ ਵੈ ਜਿਸਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਤੀ ਮੈਂ ਦੱਸਾਂ ਜੋ ਕਿ ਜੇ ਤਿਆਰ ਕਰ ਸਨ ਕਿਚਨ ਨਾ ਵਿਊ ਕਰਵਾਸਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸੁਬਹ ਕਰਿਆ ਸੀ ਮਾਰਨ ਨਾਲ ਇਸ ਟਾਈਮ ਇਸ ਹੋਟਲ ਦੇ ਮੈਨੇਜਰ ਜਨਾਬ ਫਿਆਜ਼ ਸਾਹਿਬ ਮੌਜੂਦ ਹਨ ਕਿਹੜਾ ਜਨਾਬ ਠੀਕ ਹੋ ਅਲਹਮਦੁਲਿਲਾ ਠੀਕ ਠਾਕ ਇਹ ਦੱਸੋ ਜਰਾ ਕਿਚਨ ਦਾ ਮਾਹੌਲ ਕਿ ਕਿਆ ਕੋਈ ਤਿਆਰ ਹੋ ਰਿਹਾ ਥੋੜੀਆਂ ਚੀਜ਼ਾਂ ਦੇ ਬਾਰੇ ਦੱਸੋ ਹਾਂ ਇਹ ਬਾਰਬੀਕਿਊ ਤਿਆਰ ਹੋ ਰਿਹਾ ਹੈ ਅੱਛਾ ਚਿਕਨ ਟਿੱਕਾ ਬੋਟੀ ਮਲਾਈ ਬੋਟੀ ਸੀਖ ਕਬਾਬ ਇਹ ਆਰਡਰ ਹੈ ਜਿਹੜਾ ਉਹਨਾਂ ਤਿਆਰ ਕਰ ਰਹੇ ਅੱਛਾ ਤਾਂ ਕਿਆ ਸਮਝਿਓ ਕਿ ਕਿਹੜੇ ਸੀਜ਼ਨ ਜ਼ਿਆਦਾ ਰਸ਼ ਹੋਣਾ ਸੋਨਾ ਇੱਥੇ ਇਥੇ ਜੂਨ ਜੁਲਾਈ ਅਗਸਤ ਸਤੰਬਰ ਤੱਕ ਰਸ਼ ਹੁੰਦਾ ਹੈ ਤਾਂ ਜ਼ਿਆਦਾ ਕਿਆ ਪਬਲਿਕ ਨੇ ਡਿਮਾਂਡ ਹੋਣੀ ਹੈ ਇੱਥੇ ਚੀ ਖਾਣੇ ਨਹੀਂ ਬਾਰਬੀਕਿਊ ਰਕਣੀਆਂ ਜ਼ਿਆਦਾ ਡਿਮਾਂਡ ਜਿਹੜੀ ਅਸੀਂ ਬਣਾ ਰਹੇ ਹਾਂ ਠੀਕ ਹੈ ਆਓ ਜੀ ਕੈਮਰਾਮੈਨ ਸਾਹਿਬ ਜ਼ਰਾ ਕਿਹਾ ਤੂੰ ਬਾਹਰੋਂ ਦੀਦਾਰ ਕਰਾਓ ਤਿੱਕੇ ਲੱਗੀ ਰਹੇ ਜਿਨ੍ਹਾਂ ਕੀ ਤੱਕੀ ਕਿਆ ਤੁਹਾਡੇ ਵੀ ਮੂੰਹਾਂ ਦੇ ਵਿੱਚ ਕਾਫੀ ਪਾਣੀ ਆ ਰਿਹਾ ਹੈ ਥੋੜਾ ਕਲੋਜ਼ ਵਿਊ ਕਰਵਾਓ ਅਪਰ ਜਾਣ ਦਿਓ ਇਹ ਜਿਹੜੇ ਤਿਆਰ ਹਨ ਨਾ ਤਕੜੇ ਉਸ ਸ਼ੈਫ ਸਾਹਿਬ ਲੱਗੇ ਨਾ ਅੰਦਰ ਜ਼ਰਾ ਸਾ ਕਿਚਨ ਦਾ ਨਾ ਇਨਸਾਈਡ ਵਿਊ ਤੁਸਾਂ ਕੀ ਕਰਾਸਾਂ ਨਾ ਜਨਾਬ ਸਾ ਕਿ ਇਨਸਾਈਡ ਟੂ ਵਿਊ ਕਰਵਾਣਿਆ ਕਿ ਕਿਆ ਕੁਝ ਇਸ ਲੈ ਨਾ ਇਥੇ ਪੱਕੀ ਰਿਹਾ ਵੈ ਅਸਲਾਮ ਵਾਲੇਕੁਮ ਜਨਾਬ ਕੀ ਹਾਲ ਹੈ ਠੀਕ ਹੋ ਜਨਾਬ ਆਓ ਐ ਤਕੜੇ ਉਸ ਨਸੀਮ ਸਾਹਿਬ ਜਿਹੜੇ ਕਿ ਸ਼ੈਫ ਹਨ ਸਾਰਾ ਕੁਝ ਇਹ ਤਿਆਰ ਕਰਨ ਕੀ ਹਾਲ ਹੈ ਜਨਾਬ ਠੀਕ ਹੋ ਜੀ ਅਲਹਮਦੁਲਿਲਾ ਠੀਕ ਇਹ ਦੱਸੋ ਇਹ ਅਪਰ ਕਿਆ ਕੁਝ ਤਿਆਰ ਹੋ ਰਿਹਾ ਕਿਹੜੀ ਡਿਸ਼ ਹੈ ਇਹ ਚਿਕਨ ਕੜਾਈ ਤਿਆਰ ਹੋ ਰਹੀ ਹੈ ਔਰ ਕੜਾਈ ਇਧਰ ਬਾਰਬੀਕਿਊ ਮਲਾਈ ਬੋਟੀ ਚਿਕਨ ਟਿੱਕਾ ਮਲਾਈ ਬੋਟੀ ਵਗੈਰਾ ਹੋ ਰਿਹਾ ਜਿਹੜਾ ਨਾ ਚਿਕਨ ਕੜਾਈ ਦੇਸੀ ਮੁਰਗਾ ਵਲੈਤੀ ਕੜਾਈ ਔਰ ਮਟਨ ਠੀਕ ਹੈ ਜ਼ਿਆਦਾ ਕਿਆ ਡਿਮਾਂਡ ਹੈ ਪਬਲਿਕ ਨਹੀਂ ਜੀ ਲਈ ਜ਼ਿਆਦਾ ਅਸਾਂ ਨੇ ਡਿਮਾਂਡ ਜਿਆ ਕਰਨਾ ਪਬਲਿਕ ਦੀ ਡਿਮਾਂਡ ਹੈ ਅਸਾਂ ਸਪੈਸ਼ਲ ਲਿਸਟ ਜਿਹੜੀ ਕਹਿਣਾ ਸਪੈਸ਼ਲ ਖਾਣਾ ਦੇਸੀ ਮੁਰਗਾ ਹੈ ਠੀਕ ਹੈ ਅੱਛਾ ਲੋਰੀ ਖਾਣੇ ਜਿਸ ਵਿੱਚ ਮਟਨ ਕੜਾਈ ਹੈ ਦੇਸੀ ਮੁਰਗਾ ਹੈ ਵਲੈਤੀ ਹੈ ਬੋਨਲੈਸ ਹੰਡੀ ਵਗੈਰਾ ਹੈ ਬਾਰਬੀਕਿਊ ਦੀਆਂ ਤਮਾਮ ਵੈਰਾਈਟੀਆਂ ਜਿਹੜੀ ਮੌਜੂਦ ਹੈ ਤੇ ਇਸ ਤੋਂ ਇਲਾਵਾ ਕਸ਼ਮੀਰੀ ਵੀ ਖਾਣੇ ਅਗਰ ਕੋਈ ਡਿਮਾਂਡ ਕਰਿਆ ਤਾਂ ਉਹ ਜੀ ਜੀ ਜ਼ਰੂਰ ਤਿਆਰ ਕਰ ਦੇਣੇ ਜੀ ਕਸ਼ਮੀਰੀ ਖਾਣੇ ਡਿਮਾਂਡ ਆਰਡਰ ਪਰ ਤਿਆਰ ਹੋਣੇ ਪਾਕਿਸਤਾਨੀ ਚਾਈਨੀਜ਼ ਜਿਹਨੀ ਆਲ ਟੂ ਜ਼ੈਡ ਜਾਂ ਤਕਰੀਬਨ 150-200 ਆਈਟਮ ਅਸੀਂ ਤਿਆਰ ਕਰਨੇ ਆ ਅੱਛਾ ਤਿਆਰ ਕਰੀਏ ਜੀ ਜੀ ਇਨਸ਼ਾਅੱਲਾ ਕਿਆ ਬਾਤ ਹੈ ਇਹ ਜਿਹੜੇ ਤਵੇ ਜੇ ਖੋਲੇ ਨੇ ਡੋਂਗੇ ਕਾਲੇ ਕਾਲੇ ਇਹਨਾਂ ਚੋਂ ਕਿਆ ਕੋਈ ਕਰਸੋ ਇਸ ਕੀ ਹਾਰਡ ਬਲੇਡ ਆ ਹਨੇ ਹਾਰਡ ਬਲੇਡ ਹੈ ਗਰਮ ਹੋਣੀ ਉਸ ਤੇ ਜੇ ਬਾਰਬੀਕਿਊ ਜਿਹੜਾ ਕਰਨਾ ਸਿਰਫ ਪਰਸਨ ਟੇਬਲ ਪਰ ਰੱਖਾ ਔਰ ਇਸ ਵਿੱਚ ਇਹ ਧੂਆਂ ਦੀ ਖੁਸ਼ਬੂ ਵਗੈਰਾ ਜਿਹੜਾ ਕਰਨਾ ਟੇਬਲ ਉੱਤੇ ਅੱਛਾ ਹੋਰ ਇਸਲਾ ਬਣਾਉਣੇ ਨੇ ਉਸ ਵਿੱਚ ਕੁਝ ਹੋਈ ਕੁਝ ਇਹ ਗਰਮ ਹੋ ਰਹੀ ਹੈ ਨੇ ਹਾਰਡ ਬਲੇਡ ਠੀਕ ਹੈ ਚੂੰਟਾ ਬਾਸੋ ਇਸ ਵਿੱਚ ਅਸਾਂ ਬਾਰਬੀਕਿਊ ਸਿਰਫ ਕਰਸਾਂ ਬਾਰਬੀਕਿਊ ਬਾਸਾਂ ਸੋ ਬਈ ਗਰਮ ਰਵੇ ਗਰਮ ਰਵੇ ਔਰ ਉਸ ਤੋਂ ਬਾਅਦ ਇਸ ਨਾਲ ਜਿਹੜਾ ਕਰਨਾ ਧੂਆਂ ਔਰ ਇਸਦੀ ਇਹ ਕਮਕ ਉਸ ਖੁਸ਼ਬੂ ਹੋਣੀ ਹੈ ਟੇਬਲ ਪਰ ਤੁਸੀਂ ਦੇਖੋ ਠੀਕ ਹੈ ਉਹ ਇੱਕ ਬਿਹਤਰੀਨ ਤੁਸੀਂ ਜਿਹੜਾ ਕਰਨਾ ਇਸ ਨੂੰ ਜ਼ਾਇਕਾ ਨਜ਼ਰ ਆਸੀ
ਟੱਕੋ ਜੀ ਇੱਧਰ ਇਸਨੇ ਉੱਪਰ ਕਲੋਜ਼ ਵਿਊ ਕਰਵਾਓ ਇਹਨਾਂ ਕੀ ਨਾ ਬੜੇ ਸ਼ਾਨਦਾਰ ਅੰਦਾਜ਼ ਹੀ ਤੱਕਣੇ ਉਸ ਡਿਸ਼ ਵੀ ਤਿਆਰ ਹੋਣ ਲੱਗੀ ਵੀ ਹੈ ਇੱਧਰ ਅੱਗੇ ਆ ਜਾਓ ਥੋੜੇ ਦਿਨ ਅੱਛਾ ਉੱਧਰ ਜੁਲਾ ਤਕਰੀਬਨ 100 ਕੇ ਕਰੀਬ 100 ਮੁਰਗਾ ਕਿਆ ਬਾਤ ਹੈ ਜੀ ਤੱਕੋ ਜੀ ਬੜੀਆਂ ਸੋਹਣੀਆਂ ਸੀਖਾਂ ਤਿਆਰ ਹੋਣ ਲੱਗੀਆਂ ਤੱਕਣੇ ਉਹ ਸਹੀ ਧੂਆਂ ਪਿਆ ਲਿਕਣ ਲੱਗਿਆ ਔਰ ਬੜੀ ਪਿਆਰੀ ਖੁਸ਼ਬੂ ਹੈ ਅੱਛਾ ਇਹ ਦੱਸੋ ਇਹਨਾਂ ਕੀ ਸੀਖਾਂ ਤਿਆਰ ਕਰਨ ਤੋਂ ਪਹਿਲੇ ਕਿਹੜਾ ਮਸਾਲਾ ਲਾਣੇ ਸਾਰੇ ਇਹਨਾਂ ਮੁਖਤਲਿਫ ਮਸਾਲੇ ਲੱਗਦੇ ਨੇ ਮਲਾਈ ਬੋਟੀ ਦਾ ਥੋੜਾ ਮੋਚ ਕੋਈ ਹੈ ਵਾਈਟ ਪੇਪਰ ਹੈ ਕੋਕੋਨਟ ਹੈ ਉਸ ਤੋਂ ਬਾਅਦ ਤਿੱਖਾ ਬੋਟੀ ਦਾ ਮਸਾਲਾ ਹੈ ਅੱਛਾ ਮਲਾਈ ਬੋਟੀ ਦਾ ਡਿਫਰੈਂਟ ਇਹਨਾਂ ਨੇ ਫਲੇਵਰ ਹੋਣੇ ਨਾ ਜੀ ਜੀ ਆਪਣੇ ਫਲੇਵਰ ਹੁੰਦੇ ਨੇ ਅੱਛਾ ਇਸ ਦਾ ਆਪਣਾ ਮਸਾਲਾ ਹੈ ਠੀਕ ਹੈ ਫਿਲਹਾਲ ਕੋਈ ਅੱਖਾਂ ਨੂੰ ਵੀ ਧੂਆਂ ਚੜੀ ਗਿਆ ਮਾੜੀਆਂ ਚ ਅੱਛਾ ਇਹ ਦੱਸੋ ਨਸੀਮ ਸਾਹਿਬ ਕੇ ਇਹ ਕਿਆ ਚੀਜ਼ ਤਿਆਰ ਹੋ ਰਹੀ ਹੈ ਇਹ ਜਿਹੜੇ ਅੱਛਾ ਇਹ ਕਿਆ ਚਿਕਨ ਕਬਾਬ ਇਹ ਤੱਕਣੇ ਹੋ ਜੀ ਬੜੇ ਬੜੇ ਡੰਡਿਆਂ ਨੇ ਨਾਲ ਨਾ ਜ਼ਿਆਦਾਤਰ ਅਸਾਂ ਬਟ ਕੜਾਈ ਦੇ ਨਾਂ ਤੋਂ ਚਲਾ ਰਹੇ ਹਾਂ ਰੈਸਪੀ ਮਸਾਲੇ ਅਸਾਂ ਉਹ ਯੂਜ਼ ਕਰਨੇ ਆ ਉਸ ਤੋਂ ਬਾਅਦ ਇਹ ਸਲਾਦ ਨੇ ਵਿੱਚ ਤੇ ਓਵਰਆਲ ਨਾਰਮਲ ਆਈਟਮ ਹੈ ਲੇਕਿਨ ਇਹ ਮਿਰਚ ਇਤਨੀ ਬੜੀ ਕੀ ਹੈ ਇਹ ਸਰਦੀ ਹੈ ਮੌਸਮ ਐਸਾ ਹੈ ਜੇ ਦੇਸੀ ਮਿਰਚ ਹੈ ਨਹੀਂ ਵੀ ਬਾਹਰ ਚੱਲਣਾ ਅੱਜ ਕੱਲ ਮੌਸਮ ਧੂਆਂ ਲਾਇਆ ਚੱਲਣਾ ਪਿਆ ਠੀਕ ਹੈ ਮਿਹਰਬਾਨੀ ਜੀ ਜਨਾਬ ਜਿਹੜਾ ਫੂਡ ਤੁਸੀਂ ਅੰਦਰ ਕਿਚਨ ਤੱਕ ਕਿਹਾ ਸੀ ਉਹ ਸਾਰਾ ਹੁਣ ਤਿਆਰ ਹੋ ਗਿਆ ਤਾਂ ਇੱਕ ਪਲੇਟ ਹੀ ਚਾਹੀਦਾ ਜਿਸ ਕਬਾਬ ਵੀ ਟਿੱਕੇ ਵੀ ਤਾਂ ਸਾਰੇ ਆਈਟਮ ਮੌਜੂਦ ਹਨ ਤਾਂ ਹੁਣ ਮੈਂ ਤੇ ਮਾੜੇ ਦੋਸਤ ਅਕੀਲ ਸਾਹਿਬ ਇਸ ਕੀ ਟੇਸਟ ਕਰਨੇ ਆ ਤਾਂ ਫਿਰ ਤੁਸੀਂ ਕੀ ਬਾਣਿਆ ਕਿ ਕਿਆ ਕੁਝ ਹਾਲਾਤ ਵਾਕਿਆਤ ਹਨ ਔਰ ਇਸ ਨਾਲ ਟੇਸਟ ਕੀ ਆ ਜਾ ਅਕੀਲ ਸਾਹਿਬ ਇਹ ਪਲੇਟ ਅੱਗੇ ਕਰੋ ਤਾਂ ਚਾਹੋ ਤਾਂ ਚੈੱਕ ਕਰੋ ਹਾਂ ਜ਼ਰਾ ਕਿ ਇਹ ਕਿਆ ਬਾਣਾ ਵਾ ਜਨਾਬ ਟੇਸਟ ਕਰਨੇ ਆ ਤਾਂ ਤੁਸੀਂ ਕੀ ਟਰੂ ਰਿਵਿਊ ਇਸ ਨਾਲ ਦੇਣੇ ਆ ਇਹ ਨਹੀਂ ਕਿ ਫੇਕ ਰਿਵਿਊ ਟਰੂ ਰਿਵਿਊ ਮਜ਼ਾ ਆਇਆ ਨੀ ਮੈਂ ਕਿਆ ਹੀ ਬਾਤ ਹੈ ਜਨਾਬ ਬਹੁਤ ਹੀ ਜ਼ਬਰਦਸਤ ਟੇਸਟ ਹੈ ਇਸ ਨਾਲ ਯਕੀਨ ਕਰੋ ਤੁਸੀਂ ਸਹੀ ਲਜ਼ੀਜ਼ਾ ਟੇਸਟ ਕਿਉਂਕਿ ਬਿਲਕੁਲ ਫਰੈਸ਼ ਫੂਡ ਨਾ ਇਹ ਬਣਾਉਣੇ ਨਾ ਹਰ ਚੀਜ਼ ਬਿਲਕੁਲ ਤਾਜ਼ੀ ਸਾਰਾ ਤੱਕਿਆ ਸੀ ਮੋਰਨਿੰਗ ਤੋਂ ਕਿਸ ਤਰ੍ਹਾਂ ਅਸਾਂ ਬ੍ਰੇਕਫਾਸਟ ਕੀਤਾ ਬ੍ਰੇਕਫਾਸਟ ਜਿੱਥੇ ਤਿਆਰ ਹੋਇਆ ਔਰ ਕਿਤਨਾ ਹੀ ਖੂਬਸੂਰਤ ਮਾਹੌਲ ਸੀ ਵਿਊ ਸੀ ਫੋਗ ਨਾ ਵੀ ਉਸ ਤੋਂ ਬਾਅਦ ਰਾਤੀ ਨਾ ਵੀ ਮੈਂ ਤੁਸਾਂ ਕੀ ਖਾਣਾ ਦੱਸਿਆ ਇਹ ਸਪੈਸ਼ਲ ਵਲੋਗ ਮੈਂ ਬਣਾਇਆ ਵਾ ਇਸ ਰੈਸਟੋਰੈਂਟ ਨਾਲ ਖਾਣੇ ਦੇ ਹਵਾਲੇ ਨਾਲ ਤਾਂ ਕਿ ਤੁਸਾਂ ਇੱਥੇ ਅੱਛੋ ਜ਼ਿਲ੍ਹਾ ਵੀ ਤੁਸੀਂ ਪਤਾ ਹੋਵੇ ਕਿ ਕਿਹੜਾ ਕਿਹੜਾ ਫੂਡ ਇੱਥੇ ਲੱਭੀ ਸਕਣਾ ਵਾ ਤਕਰੀਬਨ ਤੁਸਾਂ ਸ਼ੈਫ ਸਾਹਿਬ ਦੀਆਂ ਵੀ ਗੱਲਾਂ ਸੁਣੀਆਂ ਕਿ ਓਵਰਆਲ ਹਰ ਡਿਜ਼ਾਈਨ ਨਾਲ ਫੂਡ ਹੈ ਜਿਹੜਾ ਵਾ ਨਾ ਇੱਥੇ ਤਿਆਰ ਕਰੀ ਸਕਣ ਤੇ ਮੈਂ ਮੈਨੇਜਰ ਸਾਹਿਬ ਨਾਲ ਬਹੁਤ ਸ਼ੁਕਰ ਗੁਜ਼ਾਰ ਹਾਂ
ਕਿ ਮੈਂ ਜ਼ਿਲ੍ਹਾ ਵੀ ਥਾਂ ਆਇਆ, ਮੈਨੂੰ ਬਹੁਤ ਪਿਆਰ ਮੁਹੱਬਤ ਲੱਭਾ ਵਾ, ਔਰ ਤਾਂ ਹੀ ਮੈਂ ਹਰ ਵੇਲੇ ਇੱਥੇ ਅੱਛੀ ਗਿਆ ਸਟੇਅ ਕਰਨਾ ਵਾ। ਤਾਂ ਸਰ ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨੀ। ਤੇ ਇਹ ਦੱਸੋ ਕਿ ਅਗਰ ਕੋਈ ਇਹ ਫਿਲਮ ਤੱਕ ਕੀ ਮਾੜਾ ਵਿਊਵਰ ਅੱਛਣਾ ਹੈ ਤਾਂ ਜਨਾਬ ਉਸ ਨਾਲ ਵੀ ਖਸੂਸੀ ਰਿਆਇਤ, ਬਿਲਕੁਲ ਰਿਆਇਤ, ਔਰ ਤੁਸੀਂ ਨਹੀਂ ਤਰ੍ਹਾਂ ਉੱਠ ਜੀ ਰਿਆਇਤ ਇਨਸ਼ਾਅੱਲਾ ਮਾੜੇ ਯਾਰ, ਬਿਲਕੁਲ ਪਿਆਰ ਹੋਣਾ ਚਾਹੀਦਾ। ਆਓ ਜਨਾਬ ਇੱਥੇ, ਮੋਸਟ ਵੈਲਕਮ। ਤਾਂ ਇਸ ਨਾਲ ਇੱਕ ਵਾਰ ਪੂਰਾ ਨਾਂ ਦੱਸੀ ਛੋੜੋ ਰੈਸਟੋਰੈਂਟ, ਕਸ਼ਮੀਰ ਵਿਊ ਲਾਜੀ ਐਂਡ ਗੁਜਰਾਂਵਾਲਾ ਫੂਡ, ਸਦਨ ਗਲੀ। ਠੀਕ ਹੈ, ਸੁਦਨ ਗਲੀ ਚ ਗੰਗਾ ਚੋਟੀ ਜ਼ਿਲ੍ਹਾ ਜਾਓ, ਜ਼ਰੂਰ ਇੱਥੇ ਸਟੇਅ ਕਰਨਾ ਚਾਹੋ ਸਟੇਅ ਕਰ ਸਕਦੇ ਹੋ। ਰੂਮ ਬਿਹਤਰੀਨ, ਖਾਣੇ ਨਾਲ ਬਿਹਤਰੀਨ ਸਟੈਂਡਰਡ ਹੈ, ਓਵਰਆਲ ਹਰ ਚੀਜ਼ ਮੈਂ ਇਸ ਰੈਸਟੋਰੈਂਟ ਨਹੀਂ ਨਾਲ ਲਾਜਵਾਬ ਹੈ। ਮੌਸਮ ਵੀ ਇੱਥੇ ਬਹੁਤ ਸੋਹਣਾ ਵੈ। ਆਓ ਮੋਸਟ ਵੈਲਕਮ, ਜਿਤਨੇ ਟੂਰਿਸਟ ਹੋ ਕਿਸੇ ਜਗ੍ਹਾ ਨੇ ਵੀ ਹੋ, ਕਸ਼ਮੀਰ ਤੋਂ ਆਊਟਸਾਈਡ ਵੀ ਹੋ, ਮੋਸਟ ਵੈਲਕਮ। ਇੱਥੇ ਅੱਛੋ ਕਸ਼ਮੀਰੀ ਗੰਗਾ ਚੋਟੀ ਜ਼ਿਲ੍ਹਾ ਅੱਛੋ, ਇੱਥੇ ਸਟੇਅ ਵੀ ਕਰੋ, ਇਸ ਫੂਡ ਟੈਸਟ ਕਰਨਾ, ਔਰ ਮੈਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਕੀ ਅਜਿਹਾ ਸੋ ਇੱਥੇ ਅੱਛੀ ਫੀਲ ਕੀਤਾ। ਅੱਲਾ ਸੋਹਣੇ ਨਿਵਾਲਾ, ਮੈਂ ਆਪਣੀ ਦੁਆਵਾਂ ਯਾਦ ਰੱਖਿਆ ਜੀ।